ਕੀ ਹਾਲ ਹੈ ਸਾਰਿਆਂ ਦੇ? ਅਤੇ ਆਪਾਂ ਚੱਲੇ ਅੱਜ ਬਾਜੀ ਅਤੇ ਨਾਲ ਦੇ ਪਿੰਡ ਰਣ ਸਿੰਘ ਵਾਲਾ। ਅੱਜ ਆਪਾਂ ਦੋ ਕਬੂਤਰ ਛੱਡਣੇ ਉੱਥੇ, ਅਤੇ ਕਬੂਤਰੀ ਇੱਕ ਕਬੂਤਰ, ਅਤੇ ਆਪਾਂ ਪਹੁੰਚ ਗਏ ਆਪਾਂ ਪਿੰਡ, ਚੱਲਦੇ ਹਾਂ ਉੱਥੇ ਜਾ ਕੇ। ਮੋਹਰਾਂ ਮਾਰਾਂ ਲੱਗੀ ਜਾਂਦੀਆਂ ਬਾਈ, ਹਾਲ ਜਾ ਰੰਗ ਭਰੀ ਜਾਂਦੇ ਆ ਕਾਪੀ ਵਾਲੇ ਬਾਈ। ਪਿੰਡ ਹੈਗਾ ਜੀ ਰਾਮ ਸਿੰਘ ਵਾਲਾ, ਜ਼ਿਲ੍ਹਾ ਫਰੀਦਕੋਟ, 1700 ਮੁੱਢ ਆ ਇੱਥੇ। ਕਬੂਤਰ ਆਪਣੇ ਦੇ ਵੀ ਰੰਗ ਭਰਾਉਂਦੇ ਆ, ਇੱਧਰ ਜੱਗੀ ਵਰਗੇ ਰੰਗ ਭਰਾਉਂਦੇ। ਰੰਗ ਰੁੰਗ ਤੇ ਲਿਖਾ ਤੇ ਹੁਣ ਆਪਾਂ ਦਿੰਦੇ ਹਾਂ ਪਾਣੀ ਕੀ ਵਾਲਾ ਬਾਈ ਪਾਣੀ ਪੂੰਜੇ ਦੇ ਬਈ ਤੇ ਬਸ ਮੋਹਰ ਲਵਾ ਕੇ ਉੱਲੇ ਹੀ ਦੇਣਾ, ਉੱਲਿਆ ਵੀ ਲੱਗੀ ਜਾਂਦੇ ਆ। ਦੇਖੋ ਰੌਣਕ ਬਾਜੀ ਦੀ ਅਤੇ ਉਹ ਤੇ ਮੋਹਰਾਂ ਲੱਗੀ ਜਾਂਦੀਆਂ। ਇੱਧਰ ਬਾਈ ਨੇ ਉੱਲਾ ਮਾਰਿਆ ਅਤੇ ਉੱਲੇ 'ਤੇ ਕਬੂਤਰੀ ਬਹਿ ਗਈ ਬੋਟ ਦੇ ਵਿੱਚ। ਫਿਰ ਬਾਈ ਚੜ੍ਹੀ ਤਾਂ ਜਾਂਦਾ ਗਾ ਅਤੇ ਗਾਂ ਟਾਹਣਾ ਵੀ ਪਤਲਾ, ਅਤੇ ਕਬੂਤਰੀ ਵੀ ਸਿਰੇ 'ਤੇ ਬੈਠੀ ਹੈ ਜਮਾਂ ਪਤਲੀ ਟਾਹਣੀ 'ਤੇ ਹੋ ਕੇ। ਪਾਣੀ ਪੂਣੀ ਵੱਧ ਦਿੱਤਾ ਗਿਆ ਕਿਤੇ,
ਉਹ ਬੈਠੀ ਕਬੂਤਰ ਬਈ ਲਾਲ ਜਿਹਾ ਢਿੱਡ ਕੀਤਾ ਕਾਲੀ ਜੀ ਪੂਛ ਜਮਾਂ ਨਹੀਂ ਕੁੰਦਾ ਪਾਣੀ ਡਰ ਤਾਂ ਹੈ ਨਹੀਂ ਸੁਣ ਕਈ ਚਲਾ ਬਾਈ ਉੱਥੇ ਲਿਆਈ ਹੁਣ ਇਹਨੂੰ ਫੜ ਲਾ ਲਓ ਵੀ ਮਿੱਤਰੋ ਆਪਾਂ ਆ ਗਏ ਪਿੰਡ 2:30 ਵੱਜ ਗਏ ਅਤੇ ਕਬੂਤਰੀ ਆਪਣੀ ਨਾਲ ਦੇ ਪਿੰਡ ਹੀ ਸੀ ਪਿੰਡ ਘਰੇ ਜਾਵੜੀ ਘਰੇ ਫਿਰਦੀ ਆ ਵੇ ਬਿਠਾਉਂਦੇ ਉਹਨੂੰ ਬਾਈਆਂ ਦਾ ਕਬੂਤਰ ਵੀ ਨਾਲ ਹੀ ਆ ਗਿਆ ਸੀ ਆਪਣੀ ਕਬੂਤਰੀ ਦੇ ਇਹ ਵੀ ਵਾਪਸ ਕੀਤਾ ਕਬੂਤਰੀ ਆ ਬੈਠੀ ਵੀ ਜਮਾਂ ਫਿੱਟ ਕੁਛ ਨਹੀਂ ਹੋਇਆ 2:30 ਵਜੇ ਆ ਕੇ ਘਰੇ ਬਹਿ ਗਈ ਹੁਣ ਨਹੀਂ ਆਪਾਂ ਜਾਂਦੇ ਬਾਜੀ 'ਤੇ ਚਲੋ ਕੋਈ ਨਾ ਜਿਹੜਾ ਕੁਛ ਹੋਣਾ ਸੀ ਹੋ ਗਿਆ ਕਬੂਤਰੀ ਘਰੇ ਆ ਗਈ ਪਰ ਕੁਛ ਨਹੀਂ ਹੋਇਆ ਜਮਾਂ ਫਿੱਟ ਆ ਬਈ ਵੀਡੀਓ ਕਰਦੇ ਹਾਂ ਆਪਾਂ ਇੱਥੇ ਖਤਮ ਮਿਲਦੇ ਹਾਂ ਅਗਲੀ ਵੀਡੀਓ 'ਚ ਧੰਨਵਾਦ ਜੀ।